ਇਸ ਵਕਤ ਅਸੀਂ ਖੜੇ ਹਾਂ ਹੁਸ਼ਿਆਰਪੁਰ ਦੇ ਮੁਕੇਰੀਆਂ ਦਾ ਪਿੰਡ ਚਰੇੜੀਆਂ ਜਿੱਥੇ ਕਿ ਸਰਪੰਚੀ ਚੋਣਾਂ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ ਹੈ ਹਾਲਾਂਕਿ ਜਿਸ ਦਿਨ ਸਰਪੰਚੀ ਦੀਆਂ ਚੋਣਾਂ ਸੀ ਉਸ ਦਿਨ ਵੀ ਮਾੜੀ-ਮੋਟੀ ਆਪਾਂ ਕਹਿ ਸਕਦੇ ਕਿ ਚੜਪ ਪਿੰਡ ਵਿੱਚ ਹੋਈ ਹੈ ਹਾਲਾਂਕਿ ਅੱਜ ਪਿੰਡ ਵਾਸੀ ਪੂਰੇ ਡਰੇ ਹੋਏ ਨੇ ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਆਪੋਜੀਸ਼ਨ ਪਾਰਟੀ ਜੋ ਚੋਣ ਹਾਰ ਗਈ ਸੀ ਉਸ ਨੂੰ ਆਪਣੀ ਹਾਰ ਬਰਦਾਸ਼ਤ ਨਹੀਂ ਹੋਈ ਇਸੇ ਕਾਰਨ ਪਿੰਡ ਵਿੱਚ ਪੂਰੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੋਕ ਇੱਥੇ ਇਕੱਤਰਿਤ ਹੋਏ ਨੇ ਕਹਿਣਾ ਇਹ ਹੀ ਹੈ ਕਿ ਥਾਣੇ ਵੱਲੋਂ ਵੀ ਉਹਨਾਂ ਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਜਾ ਰਹੀ ਸਰੇ ਆਮ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਕਿਰਪਾਨਾਂ ਲੈ ਕੇ ਦੂਸਰੀ ਤਰ੍ਹਾਂ ਘੁੰਮ ਰਹੀ ਹੈ ਗਲਵਤ ਕਰ ਲੈਣੇ ਸਾਡੇ ਨਾਲ ਜੋ ਸਰਪੰਚ ਨਵੇਂ ਨਿਯੁਕਤ ਹੋਏ ਨੇ ਇਸ ਪਿੰਡ ਦੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਨੀ ਭਾਰਦਵਾ ਜੀ ਸਨੀ ਜੀ ਕਿੰਨੀਆਂ ਵੋਟਾਂ ਨਾਲ ਤੁਸੀਂ ਜਿੱਗੇ ਹੋਈ ਸੀ ਮੈਂ ਸਰ 114 ਵੋਟਾਂ ਜਿੱਤੇ ਹਾਂ ਉਸ ਦਿਨ ਤੋਂ ਲੈ ਕੇ આજ ਤੱਕ ਕੀ ਮਾਹੌਲ ਬਣਿਆ ਹੋਇਆ ਪਿੰਡ ਦਾ ਸਰ ਮਾਹੌਲ ਤਾਂ ਇਦਾਂ ਦਾ ਹੈ ਕਿ ਉਹ ਤਾਂ ਕਹਿ ਰਹੇ ਆਂ ਹੀ ਬੰਦੇ ਹੀ ਮਾਰਦਣੇ ਤੁਹਾਡੇ ਪਿੰਡ ਦੇ ਉਹ ਰਾੜਾਂ ਲੈ ਕੇ ਘੁਮਰੇ ਸਾਰੇ ਪਿੰਡ ਦੇ ਵਿੱਚ ਹਾਲਤ ਵਾਲੇ ਘੁਮਰੇ ਆਂ دہشت ਦਾ ਮੋਲ ਕੀ ਹੈ ਬੰਦੇ ਸਾਡੇ ਬੰਦੇ ਕੋਈ ਗਰੀਬ ਪਰਿਵਾਰ ਦੇ ਕੋਈ ਡੰਗਰ ਖਲਾ ਰਹੇ ਨੇ ਕਈਆਂ ਨੂੰ ਕਈਆਂ ਦੇ ਡੰਗਰ ਬਾਹਰ ਪੇਜੋ ਆਤੇ ਆ ਕਈਆਂ ਦੇ ਤਾਂ ਬਜਰੀ ਕਿਸੇ ਦੇ ਥਾਂ ਤੇ ਪਾ ਚਕਾ ਕੇ ਉਹਨਾਂ ਦੇ ਘਰ ਭੇਜਦਾ ਵੀ ਚਲੋ ਚੁੱਕੋ ਸਮਾਨ ਸਿਰਫ ਹਾਰਨ ਕਰਕੇ ਹੀ ਬਦਲ ਖੋਰੀ ਹੋ ਰਹੀ ਹੈ ਸਿਰਫ ਹਾਰਨ ਕਰਕੇ ਜੀ ਹੋਰ ਕੋਈ ਉਹਨਾਂ ਦੀ ਗੱਲਬਾਤ ਉਹਨਾਂ ਨਾਲ ਪਚੜੀ ਨਹੀਂ ਹਾਰੇ ਗੁੰਡਾ ਕਰਦੀ ਅਸੋਤੀ ਕਿਸ ਤਰ੍ਹਾਂ ਹੋਈ ਸੀ ਦੱਸਿਆ ਗਿਆ ਤੁਹਾਡੇ ਘਰ ਦੇ ਉੱਪਰ ਪਥਰਾਵ ਕੀਤਾ ਗਿਆ ਹੁਣ ਸਰ ਅੱਜ ਸਵੇਰ ਦੀ ਹੀ ਗੱਲ ਹੈ 17 ਤਰੀਕ ਦੀ ਮੇਰੇ ਤਾਇਆ ਜੀ ਦਾ ਲੜਕਾ ਬਾਹਰ ਖੜਾ ਸੀ ਉਹ ਉਧਰੋਂ ਪੱਥਰ ਲੈ ਕੇ ਆ ਤੈਨੂੰ ਮਾਰ ਦੇਣਾ ਜਾਨੋ ਮਾਰ ਦੇਣਾ ਤੇ ਫਿਰ ਅਸੀਂ ਥੋੜੋ ਅਸੀਂ ਗੇਟ ਦੇ ਅੰਦਰ ਆਪਣੇ ਖੜੇ ਰਹੇ ਤਾਂ ਉਹਨਾਂ ਵਾਪਸ ਭੇਜੇ ਭਾਈ ਹੱਥ ਜੋੜ ਕੇ ਤੁਸੀਂ ਜਾਓ ਨਾ ਲੜਾਈ ਦਾ ਮੋਹਲ ਬਣਾਓ ਤੇ ਆਪਣਾ ਤੁਸੀਂ ਘਰ ਬੈਠੋ ਤੁਸੀਂ ਵੀ ਤਾਂ ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ ਸਾਰਾ ਪਿੰਡ ਇਸ ਟਾਈਮ ਉਹਨੇ دہشت ਦੇ ਵਿੱਚ ਪੂਰਾ ਪਾਇਆ ਹੋਇਆ ਇਹ ਥਾਣਾ ਕਿਹੜਾ ਪੈਂਦਾ ਤੁਹਾਨੂੰ ਹਾਜੀਪੁਰ ਪੈਂਦਾ ਆ ਤੇ ਹਾਜੀਪੁਰ ਥਾਣੇ ਵਿੱਚ ਤੁਸੀਂ ਉੱਥੇ ਲਿਖਿਤ ਚ ਕੋਈ ਸ਼ਿਕਾਇਤ ਦਿੱਤੀ ਆ ਫੋਨ ਕੀਤਾ ਸੀ ਹਾਂਜੀ ਹਾਂਜੀ ਸਰ ਮੈਂ 2-3 ਵਾਰ ਦਖਾ ਦੇ ਚੁੱਕਾ ਹਾਂ ਮੈਡਮ ਆਏ ਸੀ ਅਜ ਐਸਐਚਓ ਸਾਹਿਬ ਉਹਨਾਂ ਨੇ ਤੁਹਾਨੂੰ ਟਾਈਮ ਦਿੱਤਾ ਉਹ ਕਹਿੰਦੇ ਕੋਈ ਨਹੀਂ ਤੁਹਾਡਾ ਬਿਆਹ ਕੇ ਮਸਲਾ ਹੱਲ ਕਰਵਾ ਦਨੇ ਤੇ ਤੁਸੀਂ ਇਹ ਗੱਲ ਨਹੀਂ ਮੰਗ ਨਹੀਂ ਕੀਤੀ ਕਿ ਸਾਨੂੰ ਸਿਕਿਉਰਿਟੀ ਚਾਹੀਦੀ ਜਿਸ ਤਰ੍ਹਾਂ ਵਾਰ-ਵਾਰ ਆ ਰਹੇ ਉਹ ਕਹਿੰਦੇ ਅਸੀਂ ਤਾਂ ਇੱਥੇ ਪਿੰਡ ਛਾਉਣੀ ਥੋੜੀ ਬਣਾਉਣਾ ਹੈ ਤੇ ਕੋਈ ਗੱਲ ਨਹੀਂ ਤੁਹਾਡੀ ਬਿਆਹ ਕੇ ਗੱਲ ਕਰਵਾ ਦਨੇ ਅਸੀਂ ਤਾਂ ਕਿਹਾ ਸਿਕਿਉਰਿਟੀ ਜੋ ਪਿੰਡ ਦੇ ਵਿੱਚ ਬੰਦੇ ਲਾਓ ਤੁਸੀਂ ਪਿੰਡ ਕੀ ਨਾਮ ਪਾਈ ਤੁਹਾਡਾ ਬਸ ਪ੍ਰੇਮ ਪ੍ਰੇਮ ਜੀ ਕੀ ਤੁਸੀਂ ਵੀ ਦੱਸ ਰਹੇ ਸੀ ਕਿ ਸਰੇਆਮ ਗੁੰਡਾਗਰਦੀ ਹੋ ਰਹੀ ਹੈ ਲੋਕਾਂ ਤੋਂ ਉਹਨਾਂ ਦੀ ਹਵੇਲੀਆਂ ਤੋਂ ਡੰਗਰ ਚੱਕ ਖੁਲਵਾਏ ਜਾ ਰਹੇ ਨੇ ਕੀ ਹੋਇਆ ਸੀ ਮਾਮਲਾ ਸਾਰਾ ਆਪਣਾ ਤਾਂ ਬੋਟਾ ਦਾ ਹੀ ਹੈਗਾ ਜੀ ਬੋਟਾ ਤੋਂ ਬਗੜਿਆ ਕੰਮ ਇੱਕ ਤਾਂ ਬੂਥ ਤੋਂ ਬਗੜਿਆ ਸੀ ਪਹਿਲੇ ਹੂੰ ਉਹ ਤੋਂ ਫਿਰ ਲੜਾਈ ਦਾ ਝਗੜਾ ਸ਼ੁਰੂ ਹੋਇਆ ਇੱਕ ਲੜਾਈ ਦੇ ਵਿੱਚ ਇੱਕ ਦੂਜੇ ਨੂੰ ਤਾਂ ਲੱਗਦੀਆਂ ਛਾੜੀਆਂ ਹੂੰ ਲੱਗੀਆਂ ਉਹ ਤੋਂ ਬਾਅਦ ਬੋਟਾ ਦੇ ਨਤੀਜੇ ਤੋਂ ਬਾਅਦ ਫੋਜ ਜਿਹਾ ਮਾਹੌਲ ਖਰਾਬ ਕਰੇ ਤੇ ਪਿੰਡ ਦਾ ਹੂੰ ਪੜਨੇ ਤੈਨੂੰ ਮਾਰ ਦੇਣਾ ਤੈਨੂੰ ਮਾਰ ਦੇਣਾ ਤੈਨੂੰ ਦੇਖਾਂਗਾ ਤੂੰ ਬੋਲ ਨਹੀਂ ਪਾਈ ਇਹਦਾ ਮਾਹੌਲ ਨਾ ਜਿਹੜਾ ਉਹ ਆਪੋ ਜਿਹੇ ਬਲੇ ਕਰ ਰਹੇ ਹੈਗੇ ਤੇ ਤੁਸੀਂ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਸੀ ਹਾਜੀਪੁੱਠਾ ਨੇ ਦੋ ਤਿੰਨ ਵਾਲੇ ਕੱਚੇ ਐਪਲੀਕੇਸ਼ਨ ਆ ਬਾਈ ਨੇ ਮਿਤੀਆ ਸਾਡਾ ਜਵਾਈ ਹੈ ਕਰਨਲ ਉਹਦਾ ਮੋਬਾਈਲ 1.5 ਲੱਖ ਰੁਪਏ ਦਾ ਆਪਣਾ ਘਟੂੜ ਉਹ ਇਹਨਾਂ ਨੇ ਖੋਹ ਕੇ ਉਹਦੇ ਕੋਲ ਤੋੜ ਦਿੱਤਾ ਸੀਸੀਟੀਵੀ ਸੀਸੀਟੀਵੀ ਫੁਟੇਜ ਉਹਦੀ ਵੀ ਹੈ ਇਹਦੀ ਫੁਟੇਜ ਹੈਗੀ ਸੀਸੀਟੀਵੀ ਉਹ ਵੀ ਤੋੜਿਆ ਤਾਂ ਕਲਪਾਨ ਲੈ ਕੇ ਵਿੱਚ ਕਲਪਾਨ ਲੈ ਕੇ ਲੜਾਈ ਵਿੱਚ ਵੀ ਆਏ ਹਨੇ ਕੁਲ ਪੈਨ ਲੈ ਕੇ ਉਹ ਦਾਤਰ ਜਾ ਲੈ ਕੇ ਘੁੰਮੀ ਜਾਂਦੇ ਪੀ ਤੁਹਾਨੂੰ ਛੱਡਣਾ ਨਹੀਂ ਹੈ ਸਰ ਤੁਹਾਡਾ ਕੀ ਨਾਮ ਹੈ ਹਾਂਜੀ ਮੇਰਾ ਨਾਮ ਸੰਜੀਵ ਕੁਮਾਰ ਪੋਟੋ ਹੈ ਸੰਜੀਵ ਜੀ ਕੀ ਕਾਰਨ ਹੋਇਆ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੀ ਦੁਕਾਨ ਤੱਕ ਆ ਕੇ ਧਮਕੀਆਂ ਹੋ ਰਹੀਆਂ ਬਿਲਕੁਲ ਸਰ ਮੈਂ ਰੁਟੀਨ ਦੀ ਤਰ੍ਹਾਂ ਹਰ ਰੋ ਦੁਕਾਨ ਖੋਲਦਾ ਸਵੇਰੇ 7 ਵਜੇ ਹੂੰ ਪਰਤ ਗ੍ਰੇਵਨ 10 ਵਜੇ ਟਾਈਮ ਸੀਗਾ ਇਹ ਰਗੁਨਾਥ ਸਿੰਘ ਦਾ ਮੁੰਡਾ ਜਿਹੜਾ ਚਾਹਤਾ ਹੈਗਾ ਇਹ ਦੁਕਾਨ ਤੇ ਗੱਡੀ ਉੱਚੀ ਆਵਾਜ਼ ਚ ਲਾਇਆ ਸੀ ਬੂਫਰ ਵਗੈਰਾ ਤਾਂ ਬ੍ਰੇਕ ਲਗਾ ਕੇ ਤਾਂ ਇਹ ਮੈਨੂੰ ਆਵਾਜ਼ ਮਾਰੀ ਓਏ ਇਧਰ ਆ ਔਰ ਇੱਕ ਡਾਟ ਫੜਿਆ ਸੀ ਐਡਾ ਲੰਬਾ ਕਹਿੰਦਾ ਮੈਂ ਵੜਦਣਾ ਬਾਹਰ ਨਿਕਲ ਤੈਨੂੰ ਵੜਦਣਾ ਅੱਜ ਮੈਂ ਸਾਰੇ ਤਰਖਾਨ ਵੜਦਣੇ ਸਿਰਫ ਵੋਟਾਂ ਕਰਕੇ ਸਿਰਫ ਵੋਟਾਂ ਕਰਕੇ ਸਰ ਔਰ ਮੈਂ ਉਸ ਨੂੰ ਕਿਹਾ ਕਾਕਾ ਇਸ ਤਰ੍ਹਾਂ ਮੋਹਰੀ ਬਣਾਈਦਾ ਆਪਣੇ ਘਰ ਜਾ ਔਰ ਸਰ ਇਹਨਾਂ ਨੇ ਪੂਰੇ ਪਿੰਡ ਵਿੱਚ ਬੜਾ ਦਹਿਸ਼ਤ ਫਲਾਈ ਹੋਈ ਹੈ ਨੰਗੇ ਹਥਿਆਰ ਲੈ ਕੇ ਜਾ ਰਹੇ ਨੇ ਔਰ ਗੁੰਡੇ ਬਾਹਰੋਂ ਬੁਲਾ ਰਹੇ ਨੇ ਜਿਹੜੇ ਗੈਂਗਸਟਰ ਹੈਗੇ ਬੁਲਾ ਰਹੇ ਨੇ ਬਾਹਰੋਂ ਇਸ ਵੇਲੇ ਪੂਰਾ ਦਹਿਸ਼ਤ ਦਾ ਮਾਹੌਲ ਹੈ ਔਰ ਸਾਡੇ ਬੱਚੇ ਕਾਲਜ ਜਾਂਦੇ ਨੇ ਸਕੂਲ ਜਾਂਦੇ ਨੇ ਉਹ ਵੀ ਡਰਦੇ ਸਕੂਲ ਕਾਲਜ ਜਾਣੋ ਔਰ ਇਸ ਤੋਂ ਤੱਕ ਸਰ ਮੰਦਰ ਜਾਣ ਵਾਲੇ ਜਿਹੜੇ ਸਾਡੀ ਭੈਣਾਂ ਉਹ ਵੀ ਡਰ ਰਹੇ ਨੇ ਬੰਦਰਜਾਂ ਤੋਂ ਤੇ ਪੁਲਿਸ ਦਾ ਕਿਸ ਤਰ੍ਹਾਂ ਦਾ ਰਹਿਸ ਹੈ ਸਰ ਪੁਲਿਸ ਨੂੰ ਅਸੀਂ ਕਮਿਊਨਿਟੀਆ ਕੀਤੀਆਂ ਤਿੰਨ ਚਾਰ ਤਿੰਨ ਚਾਰ ਕਮਿਊਨਿਟੀਆ ਕੀਤੀਆਂ ਪਰ ਪੁਲਿਸ ਵੱਲੋਂ ਸਾਨੂੰ ਇਹ ਕਹਿ ਰਹੇ ਕਿ ਬੈਠੋ ਸ਼ਾਂਤ ਹੋ ਕੇ ਬੈਠੋ ਅੰਦਰ ਬੈਠੋ ਸ਼ਾਂਤ ਹੋ ਕੇ ਅੰਦਰ ਬੈਠੋ ਜਦ ਸਾਡੇ ਅੰਦਰ ਆ ਰਹੇ ਨੇ ਗੁੰਡੇ ਸਾਡੇ ਅੰਦਰ ਪੱਥਰ ਮਾਰ ਰਹੇ ਸਾਨੂੰ ਡਾਂਗਾ ਮਾਰ ਰਹੇ ਅਸੀਂ ਕਿਸ ਤਰ੍ਹਾਂ ਬੈਠ ਸਕਦੇ ਹਾਂ ਅਸੀਂ ਉਹਨਾਂ ਨੂੰ ਮੰਗ ਕੀਤੀ ਕਿ ਕੋਈ ਪ੍ਰੋਟੈਕਸ਼ਨ ਦੇ ਦਿਓ ਔਰ ਮੈਡਮ ਨੇ ਕਿਹਾ ਕਿ ਅਸੀਂ ਇਹ ਇਸ ਪਿੰਡ ਨੂੰ ਛੋਣੀ ਥੋੜਾ ਬਣਾਉਣਾ ਤੁਹਾਡਾ ਬੈਠ ਕੇ ਹੱਲ ਕਰ ਦੇਣੀ ਪੁਲਿਸ ਦਾ ਪੂਰਾ ਕੋਈ ਸਹਿਯੋਗ ਵਧੀਆ ਮਿਲਿਆ ਨਹੀਂ ਸਰ ਬਿਲਕ ਮਤਲਬ ਕੀ ਨਾਮ ਤੁਹਾਡਾ ਕਮਲਜੀਤ ਕੌਰ ਇੱਕ ਦੱਸੋ ਹੁਣ ਕੀ ਕੀ ਤੁਸੀਂ ਪੁਲਿਸ ਤੋਂ ਕੀ ਮੰਗ ਕਰਦੇ ਹੋ ਔਰ ਕਿਸ ਤਰ੍ਹਾਂ ਇਹ ਹੋਇਆ ਸਾਰਾ ਇਨਸਾਫ ਚਾਹੀਦਾ ਸਾਨੂੰ ਇਹਨਾਂ ਨੇ ਬਹੁਤ ਤੰਗ ਕੀਤੇ 17 ਤਰੀਕ ਜਿਸ ਵੇਲੇ ਮੇਰੇ ਆਹੀ ਸਾਡੇ ਘਰ ਆ ਉਥੇ ਪੋਲਿੰਗ ਦੇ ਲੱਗੇ ਹੀ ਹੈ ਤਾਂ ਉਥੇ ਸਾਰਾ ਪਰਿਵਾਰ ਵੀ ਚਲੋ ਬੱਚੇ ਫਿਰਨਦੇ ਸਾਰੇ ਧੇਰ ਮੇਰਾ ਬੈਠਾ ਕੁਰਸੀ ਦੇ ਉੱਤੇ ਉਹਦੀ ਇਹਨਾਂ ਪੁਲਿਸ ਵਾਲਿਆਂ ਕੁਰਸੀ ਚਕਾਤੀ ਉਹ ਚੋਕੇ ਅੰਦਰ ਲੈ ਗਿਆ ਇਹਨਾਂ ਨੇ ਕੀ ਕੀਤਾ ਉਹਨੂੰ ਧੇਰ ਨੂੰ ਕਹਿੰਦੇ ਅੰਦਰ ਚੱਲ ਜਾ ਉਹ ਕਹਿੰਦਾ ਮੇਰਾ ਘਰ ਹੈ ਮੈਂ ਆਪਣਾ ਗੇਟ ਬੰਦ ਨਹੀਂ ਕਰਨਾ ਇੱਥੇ ਬੈਠਣਾ ਆ ਉਹ ਕਹਿੰਦਾ ਤੁਹਾਡੇ ਵੀ ਗੇਟ ਖੁੱਲੇ ਹੀ ਆ ਆਹੀਂ ਵੀ ਆਪਣਾ ਘੇੜ ਚ ਉਹਨੇ ਕੀਤਾ ਉਹਦੇ ਚੰਡ ਮਾਰ ਦਿੱਤੀ ਉਹਨੇ ਹੱਖਾਂ ਬਣਵਾਈਆਂ ਜਿਸ ਤਰ੍ਹਾਂ ਮੈਂ ਬਣਵਾਈਆਂ ਉਹਦਾ ਤਾਂ ਬਹੁਤ ਹੀ ਬੁਰਾ ਹਾਲੀ ਅਮਰਸਰ ਖੜਿਆ ਸੀਗਾ ਤੇ ਉਹਦੀ ਉਹਦੇ ਐਨਕ ਵੀ ਤੋੜ ਦਿੱਤੀ ਫਿਰ ਉਹਦਾ ਲੜਕਾ ਹੀ ਲਾਗੇ ਖੜਾ ਉਹਦਾ ਬਾਪ ਨੂੰ ਮਾਰਿਆ ਉਹ ਲਾਗੇ ਖੜਾ ਰਹਿਣਾ ਸੀਗਾ ਉਹਨੇ ਵੀ ਮਾਰੀ ਫੇਰ ਕੀ ਕੀਤਾ ਉਹਨਾਂ ਨੇ ਡਾਂਗਾ ਲੈ ਕੇ ਆ ਗਏ ਸਾਰੇ ਤੇ ਸਾਨੂੰ ਮਾਹੌਲ ਸਾਡਾ ਇੰਨਾ ਕਰਦਾ ਗੰਦਾ ਕਰਦਾ ਫੇਰ ਮੈਂ ਮੰਦਰ ਗਈ ਆ ਇਸਵਰੇ ਮੇਰਾ ਰੇਲੀ ਜਾਣਾ ਹੈਗਾ ਆ ਮੈਂ ਮੰਦਰ ਗਈ ਤੇ ਉਹ ਜਨਾਨੀ ਬਾਹਰ ਆਈ ਰੁਗਨਾਖ ਦੀ ਘਰ ਵਾਲੀ ਉਹ ਬਾਹਰ ਆਈ ਤੇ ਮੈਂ ਅੰਦਰ ਬੜੀ ਕਰਾਸ ਕੀਤਾ ਅੰਦਰ ਨੂੰ ਤੇ ਉਹਨੇ ਕੀ ਕੀਤਾ ਮੈਨੂੰ ਪਤਾ ਕੀ ਕਹਿੰਦੀ ਕੰਜਰੀਆਂ ਗਿੱਧੇ ਪਾਉਂਦੀਆਂ ਦੱਸੋ ਮੈਨੂੰ ਜੇ ਘਰ ਵਿੱਚ ਕੋਈ ਜਿੱਤਿਆ ਤਾਂ ਕੋਈ ਤਾੜੀ ਲਾਦੀ ਤੇ ਕੋਈ ਤੁਸੀਂ ਵੀ ਮਾਰਦੇ ਪਏ ਸੀ ਤੂੰ ਸਾਨੂੰ ਉਦਾਂ ਤਾੜੀਆਂ ਮਾਰ ਕੇ ਪਿੱਟਣ ਦੇ ਸੀਗੇ ਅੱਜ ਤਾਂ ਕੁਝ ਨਹੀਂ ਬੋਲੇ ਤੁਹਾਨੂੰ ਜਿੱਤ ਬਰਦਾਸ਼ਤ ਨਹੀਂ ਜਿੱਤ ਨਹੀਂ ਬਰਦਾਸ਼ਤ ਹੋਈ ਫਿਰ ਮੈਂ ਮੰਦਰ ਗਈ ਮੱਥਾ ਟੇਕਿਆ ਪਰ ਮੈਂ ਢਰੀ ਬਹੁਤ ਮੈਂ ਕਿਉਂ ਕੱਲੀ ਸੀਗੀ ਮੈਂ ਕੱਲੀ ਗਈ ਸੀ ਤੇ ਕੋਈ ਉਹਨਾਂ ਦਾ ਕਿਤੇ ਖੜਾ ਬੰਦਾ ਕੋਈ ਕਿਤੇ ਖੜਾ ਕੋਈ ਕਿਤੇ ਖੜਾ ਪਹਿਲਾਂ ਅਸੀਂ ਬਾਹਰ ਬੱਚਿਆਂ ਨੂੰ ਭੇਜਣਾ ਨਹੀਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਬੱਚਿਆਂ ਨੂੰ ਨਹੀਂ ਬਾਹਰ ਭੇਜ ਸਕਦੇ ਹੁਣ ਪੁਲਿਸ ਬੱਚਿਆਂ ਦਾ ਦੇਖੋ ਸਾਡਾ ਅਰਧ ਦਾ ਕੰਮ ਹੈ ਸਾਡੇ ਮੇਰੇ ਬੱਚੇ ਘਰ ਬੈਠੇ ਆ ਤਾਂ ਆਹੀਂ ਇਥੋਂ ਫੋਨ ਤੇ ਉਹਨਾਂ ਨੂੰ ਸਮਝਾਉਣੀ ਆ ਵੀ ਜੀਮੇਦਾਰਾ ਨਾ ਕਿੱਦਾਂ ਚੱਲੋ ਤੇ ਜੇ ਜੀਮੇਦਾਰ ਦੇ ਕੋਲ ਜਾਵੇਗਾ ਨਾ ਆੜਤੀਆ ਤਾਂ ਆਹੀਂ ਆਪਣਾ ਕੰਮ ਕਿੱਦਾਂ ਕਰਾਂਗੇ ਸਾਡੇ ਸੈਲਰ ਆ ਉਹ ਵੀ ਸਾਡੇ ਇਦਾਂ ਹੀ ਪਾਇਦੇ ਆ ਅਸੀਂ ਗਏ ਹੀ ਨਹੀਂ ਉਥੇ ਸਾਨੂੰ ਅੱਜ 15 ਤਰੀਕ ਦੀਆਂ ਬੋਟਾਂ ਆਈਆਂ ਉਸ ਦਿਨ ਤਾਂ ਬਾਹਰ ਹੀ ਨਹੀਂ ਨਿਕਲੇ ਤੇ ਹੁਣ ਕੀ ਮੰਗ ਕਰਦੇ ਪੁਲਿਸ ਆਹੀਂ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਆ ਹਾਂ ਇਨਸਾਫ ਚਾਹੀਦਾ ਪਿੰਡ ਦੇ ਵਿੱਚ ਕੋਈ ਬੱਚੇ ਸਾਰਾ ਦੇਖੋ ਪਿੰਡ ਹੈ ਇਹ ਵੀ ਬੱਚੇ ਛੁਗਰੀਵ ਜਤ ਦੇਵੀ ਹੈਗੇ ਸਾਡੇ ਨਾਲ ਚਲੇਦੇ ਆ ਉਹਨਾਂ ਦਾ ਵੀ ਇਨਸਾਫ ਹੋਣਾ ਚਾਹੀਦਾ ਉਹ ਵੀ ਕੰਮ ਕਰਨ ਆਪਣਾ ਥਾਂ ਥਾਂ ਤੇ ਜਿੱਥੇ ਉਹ ਲੱਗੇ ਹੈਗੇ ਆ ਬਈ ਤੁਸੀਂ ਵੀ ਤੁਸੀਂ ਵੀ ਕਿਹੜਾ ਕੁਝ ਮੈਂ ਲੈਦਾ ਮੈਂ ਕੱਲ ਨਾ ਆਉਣ ਲੱਗਾ 1:30 ਵਜੇ ਆਣਾ ਕਰ ਹੂੰ ਨਾਉਂਦਾ ਨਾਉਂਦਾ ਕਪੜੇ-ਕਪੜੇ ਪਾ ਦੇ ਲੱਤ ਮਾਰ ਕੇ ਕੇ ਗੇੜ ਨੂੰ ਹੂੰ ਤੈਨੂੰ ਮੁੜੇ ਇਹ ਲੱਤ ਮਾਰ ਕੇ ਚਲੇ ਗਏ ਮੈਂ ਜਲਦੀ ਸੀ ਤੈਨੂੰ ਬਾਹਰ ਨਿਕਲਿਆ ਤੇ ਇੱਥੇ ਪਹੁੰਚ ਗਏ ਤੇ ਮਸ ਨੂੰ ਪੂਰਾ ਡਰ ਬਣਿਆ ਹਾਂਜੀ ਪੂਰਾ ਮੰਗਲ ਡਰ ਬਣਿਆ ਬਈ ਜਨਬ ਜੇ ਥੋੜੀ ਗੱਲ ਹੈ ਜਿਹੜਾ ਆਏ ਉੱਥੇ ਰਹਿ ਜੇ ਕੰਮ ਕਰਨ ਗਲਤ ਕੰਮ ਕਰਨ ਕੋ ਚੰਗਾ ਨਹੀਂ ਪਿੰਡ ਦੇ ਵਿੱਚ ਪਿੰਡ पे ਸ਼ਾਂਤੀ ਚਾਹੀਦੀ ਇਹ ਥੋੜੀ ਗੱਲ ਹੈ ਬਈ ਹੁਣ ਜੇ ਹਾਰ ਗਏ ਤਾਂ ਫਿਰ 15 ਸਾਲ ਇਹ ਵੀ ਜਿੱਤੇ ਹੀ ਹੈ ਤਾਂ ਕਦੀ ਲੜਾਈ ਨਹੀਂ ਹੋਈ ਤੇ ਜੇ ਹੁਣ ਇਹ ਜਿੱਤੇ ਆ ਤਾਂ ਫਿਰ ਇਹ ਥੋੜਾ ਮਤਲਬ ਇਹ ਹੁਣ ਇਹਨਾਂ ਦੰਬਾ ਮਾਰਨ ਜਾਣ ਇਹ ਥੋੜੀ ਗੱਲ ਸੋ ਇਸਨ ਪਿੰਡ ਚ ਰੇੜੀਆਂ ਦੇ ਲੋਕ ਜਿਨ੍ਹਾਂ ਦਾ ਕਹਿਣਾ ਕਿ ਜਦੋਂ ਦਾ ਚੋਣਵੀ ਨਤੀਜਾ ਆਇਆ ਦੂਸਰੀ ਧਿਰ ਨੂੰ ਜਿਹੜੀ ਆਪਣੀ ਹਾਰ ਆ ਉਹ ਬਰਦਾਸ਼ਤ ਨਹੀਂ ਹੋ ਰਹੀ ਉੱਥੇ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਾਜੀਪੁਰ ਥਾਣੇ ਦੀ ਐਸਐਚਓ ਮੈਡਮ ਅਮਰਜੀਤ ਕੌਰ ਨੂੰ ਉਹਨਾਂ ਨੇ ਇਸ ਸਾਰੇ ਜੋ ਵਿਵਾਦ ਹੋ ਰਿਹਾ ਉਸ ਦੀ ਜਾਣਕਾਰੀ ਦਿੱਤੀ ਪਰ ਉਹਨਾਂ ਵੱਲੋਂ ਜੋ ਬਹੁਤ ਸਹਯੋਗ ਦੇਣਾ ਚਾਹੀਦਾ ਸੀ ਉਹ ਇਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਪਿੰਡ ਵਾਸੀਆਂ ਨੇ ਪੁਲਿਸ ਪ੍ਰੋਟੈਕਸ਼ਨ ਦੀ ਵੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਦ ਥਾਣਾ ਹਾਜੀਪੁਰ ਨੂੰ ਪੁਲਿਸ ਪ੍ਰੋਟੈਕਸ਼ਨ ਦੀ ਮੰਗ ਕੀਤੀ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਹੁਣ ਅਸੀਂ ਹੋਰ ਪਿੰਡ ਵੀ ਵੇਖਣੇ ਆ ਸਿਰਫ ਇੱਕ ਤੁਹਾਡੇ ਪਿੰਡ ਦਾ ਹੀ ਵਿੱਚ ਅਸੀਂ ਛੋਣੀ ਨਹੀਂ ਬਣਾ ਸਕਦੇ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ